ਅੱਖੀਆਂ ਵਾਲਿਓ ਪਾਇਓ ਘੋਰਾ ਪਿੰਡਾ ਉਦਾਸ ਮੰਗਦਾ ਪਿਆਰ ਓਏ ਅੱਖੀਆਂ ਵਾਲਿਓ ਪਾਇਓ ਏ ਕੌਣ ਹੋਣੇ ਜੀ ਤੁਸੀਂ ਓਏ ਉਹ ਭਾਈ ਕੌਣ ਐ ਮੈਂ ਭਾਈ ਜੀ ਨਵਾਂ ਅਰਸ਼ ਨਦੀਮਾ ਵਾਜ ਅੰਨਿਆ ਦਾ ਅਰਸ਼ ਨਦੀਮ ਇੱਥੇ ਭਾਜੀ ਕੀ ਹੋ ਰਿਹਾ ਯਾਰ ਸ਼ੋਅ ਹੋ ਰਿਹਾ ਆਪਕੋ ਕਿਸ ਨੇ ਅੰਦਰ ਆਨੇ ਦਿਆ ਭਾਜੀ ਕਿੰਨਾ ਆਪਣੇ ਲਿਖਿਓ ਮੈਂ ਮੈਸਕਮ ਕੀਤਾ ਜੀ ਡੇ ਪੜੇ ਲਿਖੇ ਹੋ ਕੇ ਰੋਡ ਦੇ ਵਿੱਚ ਕਾਰ ਸ਼ੋਅ ਕਰਨ ਦੇ ਭਾਜੀ ਭਾਈ ਰੋਡ ਨਹੀਂ ਆ ਸਟੂਡੀਓ ਸਮਾ ਸਟੂਡੀਓ ਮੈਂ ਆ ਇਸ ਵਕਤ ਮੌਜੂਦ ਹਾਂ ਜੀ ਇਹ ਸਮਾ ਸਟੂਡੀਓ ਆ ਆਪਾਂ ਅੰਦਰ ਕਿਸ ਨੇ ਆਣੇ ਦੀ ਹੈ ਭਾਜੀ ਕਿਉਂ ਨਹੀਂ ਅੰਦਰ ਆਉਂਦੇ ਇਹਨਾਂ ਸ਼ੋਅ ਹੋ ਰਿਹਾ ਉਹਦਾ ਗਾਣਾ ਆਪਣਾ ਗਾਣਾ ਚੇਨ ਕਰੋ ਗੋਰਾ ਪਿੰਡਾ ਨਹੀਂ ਵੱਡਾ ਪਿੰਡਾ ਬਹੁਤ ਵੱਡਾ ਪਿੰਡਾ ਇਹ ਪੈਦਾ ਨਾ ਹੁੰਦਾ ਜੀ ਇਹਦੇ ਘਰ ਸੱਤ ਭੈਣ ਭਰਾ ਹੋਰ ਹੋਣੇ ਸਨ ਨਹੀਂ ਤੁਸੀਂ ਦੇਖ ਵੀ ਸਕਦੇ ਹਾਂ ਜੀ ਕੱਲਾ ਹੀ ਹੋਗਾ ਨੇਮ ਸਾਹਿਬ ਵੀ ਦੇਖ ਲੈ ਸਕਦੇ ਹੋ ਔਰ ਮੇਰੀ ਅੱਖਾਂ 'ਚ ਸੂਰਜ ਪੈਣ ਰਿਹਾ ਨਹੀਂ ਤਾਂ ਆਪਰੇ ਘਰੀ ਕਿੱਸੇ ਪਹਿਨੀ ਹੋਈ ਹੈ

ਐਓਲਾ ਆ ਬੈਠੇ ਬੈਠੇ ਇਹੀ ਹੈ ਇਹੀ ਹੈ ਪਾਰਟ ਟਾਈਮ ਨਾ ਲੱਗ ਰਿਹਾ ਵਾਹ ਜੀ ਤਕਰੀਬਨ ਜੀ ਮੈਨੂੰ ਤੁਹਾਡਾ ਬਣਾਇਆ ਨਾ ਲੱਗ ਰਿਹਾ ਕਿ ਆ ਉਧਰ ਇਧਰ ਹੈਦਾ ਇਧਰ ਹੈ ਥੋੜਾ ਰਾਈਟ ਸਾਈਡ ਪੇ ਹੋ ਕੇ ਇਹ ਅੱਛਾ ਐਜ ਹੈ ਬਈ ਇੱਕ ਵਾਹਦ ਬੰਦਾ ਹੈ ਜਿਹੜਾ ਪਹਿਲਾ ਪ੍ਰੋਗਰਾਮ ਹੈ ਜਿੱਦੇ ਮਹਿਮਾਨ ਪੂਰਾ ਫੇਟਾ ਆਇਆ ਜੀ ਯਾਰਾ ਆਵਾਜ਼ ਸੋਹਣੀ ਸੋਹਣੀ ਲੱਗਦੀ ਹੈ ਕੌਣ ਹੈ ਲੈਜੈਂਡ ਲੈਜੈਂਡ ਕੈਸਰਪਿਆ ਸਾਹਿਬ ਹਮਾਰੇ ਗੈਸਟ ਹੈ ਉਹਨਾਂ ਕੇ ਸਾਥ ਸ਼ੋਅ ਹੋ ਰਿਹਾ ਹੈ ਲੈਜੈਂਡ ਕੈਸਰਪਿਆ ਜੀ ਜੀ ਇਹ ਐਕਟਰ ਵੀ ਬਣ ਗਿਆ ਇਹਦਾ ਤਾਂ ਰੰਗ ਹੀ ਬੜਾ ਪੱਕਾ ਵਾ ਜੀ ਬਸ ਸੀ ਆਪਨੇ ਕਿਸੇ ਦੇਖ ਲਿਆ ਇਹ ਦਿਲ ਦੀਆਂ ਨਜ਼ਰਾਂ ਨੇ ਵੇਖ ਲਿਆ ਹੋਣਾ ਨਹੀਂ ਨਹੀਂ ਮੈਂ ਸੁਣਿਆ ਨਾਂ ਇਹਨਾਂ ਦੇ ਬਾਰੇ ਚ ਤੂੰ ਜਦੋਂ ਆਇਆ ਮੈਨੂੰ ਇੰਜ ਲੱਗਾ ਕੋਈ ਹਾਬਦਾ ਪ੍ਰਵੀਨ ਸਾਹਿਬ ਆ ਗਏ ਆਹ ਹੈ ਭਾਈ ਕੈਸਰਪਿਆ ਮੈਂ ਇਹਨਾਂ ਦੇ ਬਹੁਤ ਡਰਾਮੇ ਸੁਨੇ ਆ ਆ ਸੁਨੇ ਆ ਹਾਂਜੀ ਤੇ ਇਹ ਕਿ ਇਹ ਨਾ ਕੀ ਕਰਨ ਕੀ ਦੇ ਉਹਨਾਂ ਦਾ ਇੰਟਰਵਿਊ ਹੋ ਰਿਹਾ ਜੀ ਇਹਨਾਂ ਦਾ ਇੱਥੇ ਡਾਕਟਰ ਨਈਮ ਮੇਰੀ ਦਾੜ ਸੈੱਟ ਕਰ ਰਹੇ ਨੇ ਜੀ ਕੌਣ ਡਾਕਟਰ ਨਈਮ ਹਨੀਫ ਸਾਹਿਬ ਅੱਛਾ ਅੱਛਾ ਆ ਮੇਰੀ ਵੀ ਦਾੜ ਤੇ ਕੀੜਾ ਲੱਗਾ ਅੱਜ ਸਵੇਰ ਮੇਰੇ ਕੋਲ ਚੈੱਕਅਪ ਕਰਾਇਆ ਜੀ ਤੇਰੀ ਦਾੜ ਜੱਡੀ ਹੈਗੀ ਨਾ ਜਿੰਨੀ ਤੇਰੀ ਜਗ੍ਹਾ ਮੋਟਰਸਾਈਕਲ ਦੇ ਅੰਦਰ ਪਹਿਲੇ ਜਾਣਾ ਪੈਣਾ ਹੈ ਹਾਂ ਤਿੰਨ ਮੀਲ ਸਫਰ ਕਰਕੇ ਫਿਰ ਦਾੜ ਤੇ ਬਹਿ ਕੇ ਦੂਜੀ ਦਾੜ ਠੀਕ ਕਰਵਾਉਂਦੇ ਨੇ ਦਾੜ ਤੇ ਤਾਂ ਦਿਮਾਗ ਵਾਲਾ ਕੀੜਾ ਬਾਹਰ ਆ ਜਾਂਦਾ ਅੱਛਾ 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 ਤੇ ਇਹ ਬੜੀ ਗੱਲ ਹੈ ਭਾਈ ਜੁਗਤਾਂ ਆਉਂਦੀਆਂ ਇਹਨਾਂ ਨੂੰ ਬਹੁਤ ਜੁਗਤ ਇਹ ਬਹੁਤ ਤੇਜ਼ ਤੇ ਜੜਾਣਾ ਬੋਲਦਾ ਆ ਤੇ ਬੋਲਣ ਦਾ ਹੀ ਕੰਮ ਔਰ ਕੱਪੜੇ ਦਾ ਕੰਮ ਕਰਦੇ ਅੱਛਾ ਕੱਪੜੇ ਦੀ ਦੁਕਾਨ ਵੀ ਹੈ ਕੀ ਇਹਨਾਂ ਦੀ ਹਾਂਜੀ ਜੀ ਮੈਂ ਸਿਰਫ ਨਾ ਲੱਠਾ ਵੇਚਦਾ ਵਾਈਟ ਉਹ ਤੁਹਾਨੂੰ ਦੇਣਾ ਨਾਲ ਨੂੰ ਵੀ ਹੁੰਦਾ ਹੈ ਚਾਰ ਬੰਦੇ ਵੀ ਆਪਣੇ ਦੇਣਾ ਮੰਜਾ ਵੀ ਆਪਣਾ ਦੇਣਾ ਇਹ ਇਨਨ ਸਰ ਮਜਾ ਡਬਲ ਹੋ ਗਿਆ ਇਹਦਾ ਸਰ ਇਹ ਨੂੰ ਦਰੀ ਤੇ ਲੈ ਕੇ ਜਾਣਾ ਤੁਹਾਨੂੰ ਸਰ ਇਹ ਤਾਂ ਬੈੱਡ ਤੇ ਲੈ ਕੇ ਜਾਏਗਾ ਵੱਡੇ ਤੇ ਬਿਲਕੁਲ ਯਾਰ ਇਹਦੀ ਵੀ ਸੁਣ ਲਓ ਇਹ ਘਰੋਂ ਦੇ ਹੀ ਲੈਣਾ ਅੱਛਾ ਜੀ ਜੀ ਨਹੀਂ ਮੈਂ ਇਹ ਕਹਿ ਰਹੀ ਸੀ ਕਿ ਇਹਨਾਂ ਨੇ ਇਹ ਛੜੀ ਕੌਨਸੀ ਪਕੜੀ ਵੀ ਤੁਹਾਨੂੰ ਲੱਗਦਾ ਹੈ ਆ ਆ ਹੈ ਨਾ ਵਾਈਪਰ ਇਹ ਜਦੋਂ ਗੋਸ਼ ਖਾਂਦਾ ਨਾ ਇਹਦੇ ਨਾਲ ਫਿਰ ਬੋਟੀਆਂ ਕੱਢਦਾ ਜੀ ਦੰਦ ਚ ਵਾਈਪਰ ਦੇਖੋ ਜੀ ਆ ਇਹਨਾਂ ਨੇ ਨਾ ਸਹੀ ਕੁਐਸਚਨ ਪੁੱਛਿਆ ਮੇਰੇ ਕੋਲੋਂ ਤੇ ਮੈਂ ਹੁਣ ਇਹਦਾ ਜਿਹੜਾ ਨਾ ਅਸਲ ਜਵਾਬ ਦਿਆਂਗਾ ਜੀ ਜੀ ਦਿਓ ਇਹ ਸਾਡਾ ਬੜਾ ਖਾਨਦਾਨੀ ਵੈਪਰ ਆ اچھا ਵਾਈਪਰ ਦਾ ਹਾਂਜੀ ਇਹ ਤੁਸੀਂ ਉਹ ਨਾਂ ਸੁਣਿਆ ਉਹ ਬੜਾ ਸੁਣਿਆ ਤੁਸੀਂ ਕਿ ਰੈਂਬੋ ਰੈਂਬੋ ਜਾਨ ਰੈਂਬੋ ਹਾਂਜੀ ਹਾਂਜੀ ਇਹ ਮੇਰੇ ਅੱਬਾ ਜੀ ਦਾ ਵੈਪਰ ਸੀ ਤੇ ਉਹ 3 ਮਹੀਨੇ ਸਾਡੀ ਦੁਕਾਨ ਅੱਗੇ ਨਚਿਆ ਅੱਛਾ ਉੱਥੋਂ ਫਿਰ ਆ ਵੈਪਰ ਮੇਰੇ ਅੱਬਾ ਜੀ ਨੇ ਖੁਸ਼ ਹੋ ਕੇ ਉਹਨੂੰ ਦਿੱਤਾ ਅੱਛਾ ਮੰਨਤ ਦਾ ਵੈਪਰ ਹੈ ਹਾਂਜੀ ਹਾਂਜੀ ਇੱਥੋਂ ਦੇ ਉਹ ਹਿੱਟ ਹੋਇਆ ਤੇ ਫਿਰ ਸਾਡੇ ਹਾਲਾਤ ਖਰਾਬ ਹੋ ਗਏ ਤੇ ਫਿਰ ਮੈਂ ਨਾ ਉਹਨਾਂ ਦੇ ਘਰ ਕੰਮ-ਕਮ ਕੀਤਾ ਵਾਵਾ

ਜੀ ਪਪੂ ਅੱਖਾਂ ਲਾ ਅੱਖਾਂ ਕਿੱਥੇ ਨੇ ਹਾਂਜੀ ਅੱਖਾਂ ਨੇ ਮੱਥੇ ਤੇ ਰੱਖੀਆਂ ਨਹੀਂ ਭਾਜੀ ਮੈਂ ਇਹ ਕਿਉਂਕਿ ਬੜੇ ਬੜੇ ਮਜ਼ੇਦਾਰ ਮੇਰੇ ਗਾਣੇ ਜਿਹੜੇ ਨੇ ਨਾ ਮੈਂ ਜੀ ਗਾਣੇ ਬੜੇ ਬੜੇ ਮੈ ਪਸੰਦ ਹੁੰਦੇ ਨੇ ਨਾ ਮੈਂ ਸੁਣਦਾ ਰਹਿਣਾ ਮੇਰਾ ਕੰਮ ਹੀ ਇਹ ਸਾਰਾ ਦਿਨ ਮਹੱਲੇ 'ਚ ਖਬਰਾਂ ਸੁਣ ਲੈਣੀਆਂ ਗਾਣੇ ਸੁਣ ਲੈਣੇ ਤੇ ਔਰ ਪਪੂ ਇੱਕ ਵਾਰੀ ਚਿੜੀਆ ਘਰ ਗਿਆ ਤੇ ਜਾਨਵਰ ਆਪਸ ਗੱਲਾਂ ਕਰ ਰਹੇ ਹੋਏ ਨਵਾਂ ਜਾਨਵਰ ਆਇਆ ਜ ਕੋਈ ਇਹ ਮਹੱਲੇ ਜਿਹੜੀਆਂ ਖਬਰਾਂ ਤੁਸੀਂ ਸੁਣਦੇ ਹੋ ਹਾਂਜੀ ਅੱਜ ਤੁਸੀਂ ਆਪਣੇ ਬਾਰੇ ਖਬਰ ਨਹੀਂ ਸੁਣੀ ਹੋ ਕੀ ਜੀ ਕਿ ਇੱਥੋਂ ਸਿੱਧਾ ਤੁਸੀਂ ਪੁਲਿਸ ਸਟੇਸ਼ਨ ਗੁਲਬਰਗ ਜਾ ਰਹੇ ਹੋ ਗ੍ਰਫਤਾਰ ਹੋ ਰਹੇ ਹੋ ਤੁਸੀਂ ਇਹ ਖਬਰ ਤੁਹਾਨੂੰ ਕਿਸ ਨੇ ਦੱਸੀ ਉਹ ਕਿਉਂ ਜੀ ਤੁਸੀਂ ਇਹ ਰੈਂਬੋ ਦਾ ਵਾਈਪਰ ਲੈ ਕੇ ਫਿਰ ਰਹੇ ਹੋ ਚੋਰੀ ਕੀਤੀ ਹੈ ਚੋਰੀ ਹੈ ਚੋਰੀ ਦਾ ਪਰਚਾ ਹੋਇਆ ਹੈ ਕੈਸਰ ਸਾਹਿਬ ਕਿਉਂਕਿ ਉਹਨਾਂ ਨੇ ਸਾਰੀ ਜ਼ਿੰਦਗੀ ਸਿਰਫ ਵਾਈਪਰ ਹੀ ਬਣਾਇਆ ਜੀ ਭਾਜੀ ਇਹ ਇੱਥੇ ਨਾ ਵਾਈਪਰ ਇੱਥੇ ਕਰਕੇ ਮੋਰ ਵੇਖ ਲਓ ਮੇਰੇ ਅੱਬਾ ਜੀ ਦਾ ਇੱਥੇ ਨਾਂ ਲਿਖਿਆ ਵਾ ਇਹ ਉਹ ਦੇਂਦਾ ਨਹੀਂ ਸੀ ਵਾਪਸ ਮੈਂ ਉਥੇ ਨੌਕਰੀ ਵੀ ਤਾਂ ਹੀ ਕੀਤੀ ਭਾਈ ਇਹ ਇਹ ਰੈਂਬੋ ਸਾਹਿਬ ਦਾ ਵਾਈਪਰ ਹੈ ਥਾਣਾ ਗੁਲਬਰਗ ਮੈਂ ਇਸ ਦੀ ਐਪਲੀਕੇਸ਼ਨ ਹੈ ਆਪੇ ਐਫ ਆਈ ਆਰ ਹੋ ਚੁੱਕੀ ਹੈ ਇਹ ਚੋਰੀ ਵਾਈਪਰ ਕੀਆ ਆਪਣੇ ਭਾਈ ਜਦੋਂ ਸ਼ੂਟਿੰਗ ਸ਼ੂਟਿੰਗ ਤੇ ਜਾਂਦੇ ਸਨ ਨਾ ਫਿਰ ਪਿੱਛੇ ਵੈਪਰ ਨਾਲ ਮੈਂ ਸਫਾਈ ਕਰਦਾ ਸੀ ਕੈਸੇ ਸਾਹਿਬ ਆਪ ਆਪਣੇ ਡਰਾਮੇ ਵਿੱਚ ਕੋਈ ਨਾ ਬੀਨਾ ਕਾ ਰੋਲ ਅਗਰ ਹੋ ਤੋ ਇੱਕ ਨੈਚੁਰਲ ਅੰਦਾ ਆਪਕੋ ਮਿਲ ਜਾਏਗਾ ਨੈਚੁਰਲ ਅੰਦਾ ਸਰ ਨੈਚੁਰਲ ਅੰਦੇ ਕੇ ਸਾਥ ਅਗਰ ਆਪ ਕਹਤੇ ਤੋ ਇਨਕੋ ਡਰਾਮਾ ਆਪਨੇ ਕਰਨਾ ਡਰਾਮਾ ਭਾਈ ਅਨਿਹਨ ਜੀ ਭਾਜੀ ਕਰਨਾ ਡਰਾਮਾ ਕਿੱਥੇ ਕਰਨਾ ਜੀ ਕੀ ਕਰਨਾ ਜੀ ਭਾਜੀ ਜਿੱਥੇ ਕਰਾ ਦਿਓ ਡਰਾਮਾ ਤੁਹਾਡੀ ਬੜੀ ਮਿਹਰਬਾਨੀ ਮੈਂ ਬੜਾ ਵਿੱਚ ਪੂਰਾ ਭਾਵੇਂ ਮਰੀ ਭੇਜ ਦਿਓ ਤੁਸੀਂ ਨਾ ਕੱਲ 4 ਵਜੇ ਯਾਦਗਾਰ ਆ ਜਾਣਾ ਤੁਸੀਂ ਜਨਾਬ ਯਾਦਗਾਰ ਡਰਾਮਾ ਹੁੰਦਾ ਸਰ ਸ਼ੂਟਿੰਗ ਹੀ ਕੀ ਨਾ ਉੱਥੇ ਸਰ ਉਹ ਕੀ ਸ਼ੂਟਿੰਗ ਉੱਥੇ ਜੀ ਜਨਾਬ ਜੈਨੂ ਨੇ ਇੱਕ ਬੰਦਾ ਟਰੱਕ ਥੱਲੇ ਦੇਣਾ ਹੈ ਅੱਛਾ ਹਾਂ ਜੀ ਤੇ ਜੋ ਇਹਨੂੰ ਥੱਲੇ ਦਵਾਂਗੇ ਨਾ ਜਨਾਬ ਇਹਦਾ ਨੁਕਸਾਨ ਨਹੀਂ ਹੋਣਾ ਟਰੱਕ ਦਾ ਬਹੁਤ ਹੋਣਾ ਟਰੱਕ ਦਾ ਨੁਕਸਾਨ ਕਰਨਾ ਚਾਹੁੰਦੇ ਸਰ ਚੇਂਜ ਚਾਹੁੰਦੇ ਅਸੀਂ ਚੇਂਜ ਓਕੇ 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 ਲੇਕਿਨ ਇਹ ਪਾਰਟ ਟਾਈਮ ਅੱਛਾ ਭਾਜੀ ਮੈਂ ਤੁਹਾਨੂੰ ਇੱਕ ਗਾਣਾ ਸੁਣਾਉਣਾ ਚਾਹੁੰਦਾ ਜੀ ਸੁਣਾਓ ਕੈਸੇ ਸਾਹਿਬ ਕੋ ਇਜਾਜ਼ਤ ਲੈਓ ਕਿਨਾ ਕਰੋ ਉਹ ਗੈਸਟ ਹੈ ਹਾਂ ਠੀਕ ਹੈ ਜਾਣ ਜਾਣ ਅੱਲਾ ਦੇ ਬੱਲੇ ਨਹੀਂ ਨਹੀਂ ਉਸੇ ਇਜਾਜ਼ਤ ਲੈ ਗਾਣਾ ਗਾਣੇ ਕੇ ਲਈ ਭਾਜੀ ਕਿਉਂ ਸਰਕਾਰੀ ਮਲਾਜ਼ਮ ਨੂੰ ਕਿਨਾਂ ਕੋ ਇਜਾਜ਼ਤ ਲਵਾਵਾਂ ਮੈਂ ਨਹੀਂ ਮੈਂ ਤਾਫੂ ਫੈਮਿਲੀ ਤੋਂ ਹਾਂ ਜੀ ਅੱਛਾ 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 ਟਾਫੀਆਂ ਖਾਂਦੇ ਤੁਸੀਂ ਅੱਛਾ ਉਹ ਤੁਸੀਂ ਗਾਣਾ ਸੁਣਿਆ ਅੱਖੀਆਂ ਮੇ ਲਾਹੂ ਕਬੀ ਅੱਖੀਆਂ ਚੁਰਾਉਂ ਕਿਆ ਤੂੰ ਨੇ ਕੀਆ ਜਾਦੂ ਕੋਈ ਹੋਰ ਸੁਣਾ ਇਹ ਗਾਣਾ ਨਹੀਂ ਪਸੰਦ ਆਇਆ ਨਹੀਂ ਕੋਈ ਹੋਰ ਸੁਣ ਅੱਖੀਆਂ ਉੜੀਕਦੀਆਂ ਦਿਲ ਵਜ ਮਾਰਦਾ ਅਜ ਪਰਦੇਸੀ ਆ ਵਸਤਾਈ ਪਿਆਰ ਦਾ ਜਦੋਂ ਤੈਨੂੰ ਅੱਖੀਆਂ ਉੜੀਕਦੀਆਂ ਇਹ ਸ਼ੁਕਰ ਅੰਨਾ ਦੇ ਨੋਖੀਆਂ ਵਾਲੇ ਗਾਣੇ ਯਾਦ ਆ ਸਾਰੇ ਅੱਖਾਂ ਦੇ ਗਾਣੇ ਯਾਰ ਬੋਲਾ ਹੁੰਦਾ ਤੇ ਨੂੰ ਕੋਈ ਵੀ ਨਹੀਂ ਪਤਾ ਕਿਉਂਕਿ ਬੋਲੇ ਤੇ ਕੋਈ ਗਾਣਾ ਹੀ ਨਹੀਂ ਬਣਿਆ ਜਨਾਸ ਭਾਜੀ ਆ ਜਾਤੀ ਹੈਗੀ ਆ ਦੇਖੋ ਤੁਸੀਂ ਇਕੱਲੇ ਇਕੱਲੇ ਚਾਹ ਪੀ ਰਹੇ ਹੋ ਤੇ ਮੈਨੂੰ ਤੁਸੀਂ ਪੁੱਛਿਆ ਵੀ ਨਹੀਂ ਜਿੱਡਾ ਤੇਰਾ ਮੂੰਹ ਤੇ ਤਿੰਨ ਕਮਰੇ ਬਣ ਸਕਦੇ ਯਕੀਨ ਕਰ ਲੋ

ਇਹ ਤੁਸੀਂ ਗੱਲਾਂ ਕਿਸੇ ਕਿਤਾਬ ਚ ਯਾਨੀ ਕਿ ਪੜ੍ਹ ਕੇ ਕਰਦੇ ਹੋ ਇਹ ਕੀ ਤੁਹਾਡਾ ਹਿਸਾਬ ਕਿਤਾਬ ਹੈ ਇਹ ਅੰਨਾ ਸਾਹਿਬ ਹੁਣ ਧਰਮ ਮੈਂ ਕੀ ਤੁਸੀਂ ਤੇ ਇੱਥੇ ਆ ਕੇ ਅੰਨੀ ਪਾ ਦਿੱਤੀ ਏ ਇਸ ਗੱਲ ਦਾ ਤੇ ਪਤਾ ਹੁੰਦਾ ਸੈਂਸ ਜਿੰਨੂੰ ਹੁੰਦੀ ਉਹ ਹਜੇ ਸਵਾਲ ਕਰੇ ਇਹ ਨਹੀਂ ਭਾਇਨ ਕਰਨਗੇ ਹਜੇ ਸਵਾਲ ਤੁਸੀਂ ਤਾਂ ਬਿਲਕੁਲ ਨਹੀਂ ਸਾਹਿਬ ਤੁਸੀਂ ਦੱਸੋ ਹਮ ਇਸ ਵਕਤ ਮੌਜੂਦ ਹੈ ਕਾਫੀ ਵੀ ਅੰਦਾ ਮੈਂ ਔਰ ਆਪਕੋ ਵੀ ਮੈਂ ਵੈਲਕਮ ਕਰਤਾ ਹਾਂ ਕੈਸਰ ਸਾਹਿਬ ਕੇ ਜੀ ਸਰ ਪੁੱਛੇ ਜੀ ਤੇ ਮੈਂ ਇਹ ਸਵਾਲ ਕਰਨਾ ਚਾਹ ਰਿਹਾ ਹਾਂ ਕਿ ਕੈਸਰ ਸਾਹਿਬ ਤੁਸੀਂ ਹੁਣ ਉਹ ਆਪਣਾ ਬੋਤਲਾਂ ਦਾ ਕਾਰੋਬਾਰ ਵੀ ਨਾਲ ਕਰ ਰਹੇ ਹੋਣ ਤੇ ਪੈਸਾ ਮਾਸ਼ਾਅੱਲਾ ਵਾਵਾ ਆ ਗਿਆ ਉਹਨਾਂ ਦੀ ਕੋਈ ਬ੍ਰਾਂਚਾਂ ਬ੍ਰਾਂਚਾਂ ਬਣਾਈਆਂ ਕਿ ਨਹੀਂ ਨਹੀਂ ਜੀ ਬ੍ਰਾਂਚਾਂ ਬੋਤਲਾਂ ਦਾ ਕੰਮ ਉਹਦੇ ਹੀ ਛੱਡ ਦਿੱਤਾ ਸੀ ਅਰਨ ਸਾਹਿਬ ਜਦੋਂ ਇਸ ਕੰਮ 'ਚ ਪੈ ਗਏ ਸੀ ਹੁਣ ਬੋਤਲਾਂ ਰਾਹਤ ਵਾਲੀਆਂ ਨੇ ਤੇ ਗੱਡੀ ਪ੍ਰਾਡੋ ਏ ਰੇੜੀ ਨਹੀਂ ਹੈ ਫੇਰ ਤੇ ਰੱਖ ਕੇ ਭੁੱਲ ਗਏ ਕਿਥੇ ਰੱਖੀਆਂ ਨੇ ਹਾਂ ਜੀ ਨਹੀਂ ਹੁਣ ਸਿਰਫ ਬੋਤਲਾਂ ਸੀ ਖੋਲਦੀਆਂ ਵੇਖ ਸਕਦੇ ਵੇਚ ਨਹੀਂ ਰਹੇ ਅੱਛਾ ਅੱਛਾ ਔਰ ਪੀਆ ਜਿਹੜੀ ਹੈ ਕੋਕਾ ਕੋਲਾ ਦੀ ਹੋ ਜਾਂ ਦੂਸਰੀਆਂ ਬੋਤਲਾਂ ਜਿਹਨੀਆਂ ਸੋਡੇ ਵਾਲੀਆਂ ਬੋਤਲਾਂ ਜੀ ਜੀ ਉਹਨਾਂ ਦੀ ਗੱਲ ਕਰ ਰਹੇ ਆ ਇਹ ਨਹੀਂ ਪਾਇੰਦਾ ਪਤਾ ਕੋਈ ਇਹਨੇ ਨਾ ਦੂਸਰੀ ਬੋਤਲ ਮੇਰੇ ਤੇ ਪਾ ਦਨ ਇਹ ਤੁਸੀਂ ਦੱਸੋ ਫਿਰ ਬਾਅਦ ਚ ਮੈਨੂੰ ਵੀ ਕਹਿਣਾ ਪਵੇ ਸ਼ਾਹਦ ਤੇ ਇਹ ਮੈਨੂੰ ਦੱਸੋ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਖੋਤੀ ਜਿਹੜੀ ਤੁਸੀਂ ਚਾਹੁੰਦੇ ਹੋ ਮੈਂ ਤੁਹਾਡੇ ਹੋਰ ਵੀ ਇੰਟਰਵਿਊ ਸੁਣੇ ਆ ਤੁਸੀਂ ਸਿਰਫ ਅੰਨਾ ਰੋ ਉਹ ਇਹ ਇਹਨੇ ਪੁੱਛਣਾ ਪਾਇਆ ਨਾ ਜੀ ਮੇਰਾ ਵੀ ਵਾਸੀ ਵੀ ਆਮ ਆਦਮੀ ਹੈ ਸ਼ਾਹਦ ਖਾਨ ਸਾਹਿਬ ਤੇ ਇਹਦੀ ਇਹੀ ਪ੍ਰੋਬਲਮ ਹੈ ਜੀ ਅੱਛਾ ਆਓ ਜੀ ਕਿਵੇਂ ਨਾ ਤੇ ਬਸ ਮੌਕਾ ਮਿਲਣਾ ਚਾਹੀਦਾ ਹੈ ਤੇ ਪ੍ਰੋਗਰਾਮ ਦਾ ਬੇੜਾ ਕਰ ਦੇਖੋ ਨਾ ਜੀ ਤੁਸੀਂ ਅਮੀਰ ਹੋ ਗਏ ਹੋ ਹੁਣ ਮੈਂ ਪੁੱਛਣਾ ਚਾਹ ਰਾ ਉਹ ਖੋਤਾ ਕਿੱਥੇ ਪਏ ਉਹ ਜਨਾਬ ਹੁਣ ਤਾਂ ਨਾ ਹੋ ਗਿਆ اور بہت زیادہ تقریبا دیو جا ہو گیا سر کھوتا ایک ہی بچے لاہور چھ باقی دیسی کھا گئے سارا اور سر کھوتا وائپر پر نہ پھر رہے تھے یہ تو سی میرا حل میں کہہ رہے ہیں نہیں نہیں تیرے کہہ سکتے کورو جی تسی انٹرویو میں بھی نہ کیوں میں انٹرویو آپ بھی تو کہہ رہے ہیں اب وہ ایک لاہور جیسا شہر تیز وکٹ اور تھیٹر شروع اور ایک بجلی آرٹسٹ جو ہے نا اس کی آمد ہو گئی ہے hmm. اور لوگ کبرائے اب اس کو مینج کیا جا پھر آپ نے بتایا کہ اس موقع پہ نسیم وکی اور خوشبو صاحبہ بھی اور خوشبو اور ظاہر ہے آپ ساری زندگی ان کو کریڈٹ دیں گے ان لوگوں کو جنہوں نے اس وقت آپ میں دوسرے لفظ میں سہارا کورڈ یوز کیا خوشبو صاحبہ اور وکی بھائی نے ابھی میں جب آیا تھا نا وکی صاحب جانتے تھے لیکن ہم نے کام فرسٹ ٹائم کیا تھا آؤٹ ڈور ایک ڈرامہ کیا ہوگا تب نہیں پتا ادھر آ کے جب انہوں نے میرا پھر پھر ساتھ دیا بہت زیادہ لوگوں کو کو سمجھایا بتایا یار اس طرح نہیں ہوا اچھا ان کی نیچر یہ ہے وہ سب کے ساتھ ہی ان کا یہ ہمیشہ میں نے دیکھا سب کے ساتھ یہاں بھی اور انڈیا بھی ایسا ہی ہے جونیئرز کے ساتھ اس طرح دیکھا اچھا پھر وہ بشرا والا سوال آ گیا کیونکہ وہ بشرا تو آپ کو پتا سوال جو لے کے آتی ہے وہ وہ تو اس سے پیچھے نہیں ہٹتی وہ تو ابھی بنایا اپنے سٹانس سے پیچھے نہیں ہٹتی وکی صاحب کی محبت آپ سے محبت کا جو آغاز ہوا وہ اس قدر تسلسل رہا اس کا کہ انہوں نے آپ کو اپنا فیملی میمبر بنا لیا ہاں وہ ابھی میں میرا انہوں نے میری شادی انہوں نے کروائی جو بچی ہے آپ کا رشتہ بھی کروایا نا ایسے بڑی گال لے پا جی بڑی گال لے کیا کہا آپ نے آپ کا رشتہ بھی کروایا نا وہی میں بتانے لگا ہوں ایسے آتی نہیں پا

یہ yes, اسنین صاحب اے, ہمارے فلم ڈائریکٹر جو ہمارے میرے سسر ہیں ان کی پہلی وائف سے ہیں وہ اچھا اوکے امیر بات ہے میرے نا اسنین صاحب okay. کی وہ بھی میری جو ساس ہیں وہ الحمد زندہ ہیں تو پھر وہ وکی بھائی نے بات کی وہ جو میری وائف تھی وہ وکی صاحب کے ساتھ رہتی تھی بھائی چاندنی کے ساتھ ان کے پاس رہتی تھی پھر انہوں نے رشتہ کروایا ایک نیکی کی ان کے ساتھ بھی میرے. تو